गुग्गा पीर वेलफेयर सोसाइटी रेलवे फाटक अड्डा होशियारपुर की तरफ से हर साल की तरह इस साल भी ग्यारहवां सामूहिक विवाह समारोह आयोजित किया गया, जिसमें सोसाइटी की ओर से 5 जरूरतमंद लड़कियों के सामूहिक विवाह करवाए गए। इस मौके पर दैनिक सवेरा के संयुक्त संपादक अभिषेक विज, विधायक बाबा हेनरी, मेयर जगदीश राज राजा, जिलाधीश घनश्याम थोरी, आईजी जालंधर रेंज कौस्तुभ शर्मा, पुलिस कमिश्नर डॉक्टर सुखचैन सिंह गिल, डीसीपी जालंधर गुरमीत सिंह, एडीसीपी ट्रैफिक गगनेश शर्मा, एसीपी ट्रैफिक हरविंदर भल्ला, एसीपी नॉर्थ सुखजिंद सिंह, पूर्व विधायक केडी भंडारी, एडीसीपी जालंधर बलविंदर इकबाल सिंह काहलो ने विशेष रूप से उपस्थित होकर नव विवाहित दंपतियों को आशीर्वाद दिया। इस दौरान गुग्गा पीर वेलफेयर सोसाइटी की ओर से नव विवाहित जोड़ों को जरूरत संबंधी सारा घरेलू सामान भी प्रदान किया गया। इस अवसर पर सोसाइटी के प्रधान राजेंद्र पाल वर्मा, मुख्य सचिव मक्खन सिंह, चेयरमैन जगजीवन लाल हैप्पी, खजांची सतीश मल्होत्रा, एडवाइजर एस के कपूर, वरेंद्र कपूर, उप प्रधान सुनील मदान, कुलदीप भाटिया, बलवीर सिंह भाटिया, दलीप कुमार, नवीन सेठ, संजीव कुमार, विवेक मल्होत्रा सहित सभी सदस्यगण और इलाका निवासी मौजूद रहे। जालंधर से कैमरामैन बाबा दविंदर कमल के साथ खुशदीप सेठी की रिपोर्ट। गुग्गा पीर वेलफेयर सोसाइटी वालों आज धिया का कन्यादान किया, ग्यारहवां जड़ा ये समागम करवा रहे हैं। ਇਹਦੇ ਵਿੱਚ ਮੈਨੂੰ ਵੀ ਆਉਣ ਦਾ ਮੌਕਾ ਮਿਲਿਆ ਇਹ ਧੀਆਂ ਨੂੰ ਆਸ਼ੀਰਵਾਦ ਦੇਣ ਲਈ। ਮੈਨੂੰ ਇਹ ਵੈਲਫੇਅਰ ਸੁਸਾਇਟੀ ਨੇ ਬੁਲਾਇਆ ਸੀ ਅਤੇ ਮੈਨੂੰ ਬੜੀ ਖੁਸ਼ੀ ਹੋਈ ਕਿ ਇਹ ਧੀਆਂ ਨੂੰ ਜਿਹੜਾ ਮਾਨ ਸਨਮਾਨ ਇਹ ਵੈਲਫੇਅਰ ਸੁਸਾਇਟੀ ਦਿੰਦੀ ਹੈ, ਜਿਹਦੇ ਵਿੱਚ ਇਹਨਾਂ ਨੇ ਇਹ ਤੋਂ ਇਲਾਵਾ ਘਰ ਦੀਆਂ ਜ਼ਰੂਰਤ ਦੀਆਂ ਚੀਜ਼ਾਂ ਉਹ ਵੀ ਮੁਹੱਈਆ ਕਰਾਉਂਦੇ ਆ। ਅਤੇ ਮੈਂ ਇਹ ਸੁਸਾਇਟੀ ਦਾ ਧੰਨਵਾਦ ਕਰਦਾ ਕਿ ਇਸੀ ਤਰ੍ਹਾਂ ਇਹ ਸੁਸਾਇਟੀ ਗਰੀਬ ਪਰਿਵਾਰਾਂ ਦੀਆਂ ਬੱਚੀਆਂ ਦਾ ਕੰਨਿਆਦਾਨ ਕਰਦੇ ਰਹੇ। ਇਸ ਸਾਲ ਵੀ ਜ਼ਰੂਰਤਮੰਦ ਬੱਚਿਆਂ ਦੇ ਵਿਆਹ ਕਰਵਾਏ ਜਾ ਰਹੇ ਨੇ। ਅਸੀਂ ਅੱਗੇ 94 ਵਿਆਹ ਕਰਾ ਚੁੱਕੇ ਹਾਂ, ਐਤੀ 11ਵਾਂ ਸਾਲ ਹੈ। ਉਹਦੇ ਵਿੱਚ ਜਿੰਨੇ ਜ਼ਰੂਰਤਮੰਦ ਪਰਿਵਾਰ ਹੈ ਉਹਨਾਂ ਦੇ ਵਿਆਹ ਕਰਾ ਰਹੇ ਹਾਂ। ਇੱਕ ਜ਼ਰੂਰਤਮੰਦ ਪਰਿਵਾਰ ਨੂੰ ਅਸੀਂ ਹਾਲੇ ਤਾਂ ਡਿੱਕਣੇ ਹਾਂ, ਉਹ ਹਾਲੇ ਵੀ ਨਹੀਂ ਆਇਆ। ਉਹਦੇ ਵਿੱਚ ਅਸੀਂ ਜੋ ਵੀ ਆਪਣੇ ਬੱਚਿਆਂ ਦਾ ਵਕਨ ਅਸੀਂ ਜ਼ਰੂਰਤਮੰਦ ਬੱਚਿਆਂ ਵਿਆਹ ਕਰੀਦੇ, ਅਸੀਂ ਇਹ ਨਹੀਂ ਸੋਚੀਦਾ ਜ਼ਰੂਰਤਮੰਦ ਹੈ। ਉਹ ਜੋ ਤੁਸੀਂ ਭੈਣ ਭਰਾ ਸਾਨੂੰ ਸਹਿਯੋਗ ਦਿੰਦੇ ਹੋ ਨਾ, ਉਹਦੇ ਅਸੀਂ ਸਾਰੇ ਬੱਚਿਆਂ ਨੂੰ ਡਿਵਾਈਡ ਕਰਦੇ। ਜਾਂ ਤੁਸੀਂ ਭੈਣ ਭਰਾ ਕਰਦੇ ਹੋ, ਅਸੀਂ ਨਹੀਂ ਕਰਨ ਯੋਗੇ ਹੈਗੇ, ਅਸੀਂ ਇਸ ਯੁੱਗ ਦੇ ਮਾਲਕ ਨਹੀਂ ਹੈਗੇ। ਇਹ ਤੁਸੀਂ ਭੈਣ ਭਰਾ ਸਾਨੂੰ ਦਿੰਦੇ ਹੋ, ਅਸੀਂ ਸਾਰਿਆਂ ਨੂੰ ਬੱਚਿਆਂ ਨੂੰ ਡਿਵਾਈਡ ਕਰ ਦੇਈਦਾ। ਇਹ ਜਾਓ ਅੱਗਿਓਂ ਅਸੀਂ ਅਗਲੇ ਸਾਲ 21 ਕੁੜੀਆਂ ਦਾ ਟਾਰਗੇਟ ਰੱਖਿਆ ਹੈ। ਉਹ ਜੋ ਵੀ ਤੁਹਾਡੇ ਭੈਣ ਭਰਾਵਾਂ ਦੀ ਬਦੌਲਤ ਹੀ ਹੋਣਾ, ਅਸੀਂ ਕੀ ਕਰਨ ਜੋਗੇ, ਇਹ ਸਭ ਤੁਹਾਡੇ ਭੈਣ ਭਰਾਵਾਂ ਦੀ ਬਦੌਲਤ ਹੋ ਰਿਹਾ। ਜੈ ਬਾਬਾ ਗੁੱਗਾ ਪੀਰ ਦੀ, ਬੋਲ ਸਾਚੇ ਦਰਬਾਰ ਕੀ ਜੈ। ਇੱਥੇ ਗੁੱਗਾ ਪੀਰ ਵੈਲਫੇਅਰ ਸੁਸਾਇਟੀ ਵੱਲੋਂ ਸਮੂਹਿਕ ਵਿਆਹ ਕਰਵਾਏ ਜਾਂਦੇ ਆ, ਜ਼ਰੂਰਤਮੰਦ ਜਿਹੜੇ ਜੋੜੇ ਆ ਉਹਨਾਂ ਦੇ, ਔਰ 11ਵਾਂ ਅੱਜ ਦਾ ਸਮਾਗਮ ਆ ਜਿਹਦੇ ਵਿੱਚ ਇਹਨਾਂ ਨੇ 7 ਜੋੜਿਆਂ ਦੀ ਅੱਜ ਮੈਰਿਜ ਕਰਵਾਈ, ਔਰ ਹੁਣ ਤੱਕ ਕਰੀਬ 100 ਦੇ ਆਸ ਪਾਸ ਜਿਹੜੇ ਜੋੜੇ ਉਹਨਾਂ ਦੀ ਮੈਰਿਜ ਕਰਾ ਚੁੱਕੇ ਆ। ਬਹੁਤ ਵਧੀਆ ਉਪਰਾਲਾ ਹੈ, ਕਿਉਂਕਿ ਵਿਆਹ ਦਾ ਸਮਾਗਮ ਇੱਕ ਇਹੋ ਜਿਹਾ ਫੰਕਸ਼ਨ ਵੀ ਹੁੰਦਾ, ਇੱਕ ਟ੍ਰੈਡੀਸ਼ਨ ਹੁੰਦਾ ਜਿਹਦੇ 'ਤੇ ਲੋਕਾਂ ਦਾ ਬਹੁਤ ਸਾਰਾ ਖਰਚਾ ਹੁੰਦਾ। ਪਰ ਇਹ ਜਿਹੜੀਆਂ ਸੰਸਥਾਵਾਂ ਜਿਸ ਤਰ੍ਹਾਂ ਗੁੱਗਾ ਪੀਰ ਵੈਲਫੇਅਰ ਸੁਸਾਇਟੀ ਬਣੀ ਆ, ਇਹ ਮਾਨਵਤਾ ਦੀ ਬੜੀ ਸੇਵਾ ਕਰ ਰਹੇ ਆ, ਕਿਉਂਕਿ ਵਿਆਹ ਦਾ ਬੰਧਨ ਜਿਹੜਾ ਵਾ ਉਹ ਇਨਸਾਨ ਦੇ ਵਾਸਤੇ ਹਰ ਪੱਖੋਂ ਜ਼ਰੂਰੀ ਵੀ ਆ, ਔਰ ਉਸ 'ਤੇ ਉਹਦਾ ਖਰਚਾ ਵੀ ਨਹੀਂ ਹੋ ਰਿਹਾ। ਫੈਮਲੀਜ਼ ਦੇ ਵੈਲਫੇਅਰ ਵਾਸਤੇ, ਬੱਚਿਆਂ ਦੇ ਵੈਲਫੇਅਰ ਵਾਸਤੇ ਇਸ ਤੋਂ ਵੱਡਾ ਉਪਰਾਲਾ ਕੋਈ ਨਹੀਂ ਹੋ ਸਕਦਾ। ਮੈਂ ਇਹ ਮੁਬਾਰਕਬਾਦ ਦੇ ਭਾਗੀ ਆ ਗੁੱਗਾ ਵੈਲਫੇਅਰ ਸੁਸਾਇਟੀ ਵਾਲੇ ਕਿ ਬੜਾ ਅੱਛਾ ਕੰਮ ਕਰ ਰਹੇ, ਔਰ ਮੈਨੂੰ ਉਮੀਦ ਹੈ ਜਿਸ ਤਰ੍ਹਾਂ ਹੁਣ ਤੱਕ ਬਹੁਤ ਅੱਛਾ ਕੰਮ ਕਰਦੇ ਰਹੇ, ਅੱਗੇ ਵੀ ਹੋਰ ਵਧੀਆ ਕੰਮ ਕਰਦੇ ਰਹੇ।